ਐਡ ਹੋਵੇ ਤਾਂ ਸਭ ਨੂੰ ਪਤਾ ਹੋਵੇ ਜੀ ਇਹ ਕੀ ਚੀਜ਼ ਹੈ। ਹਾਂਜੀ, ਇਹ ਸਿਰਫ ਐਡ ਨਹੀਂ ਹੈ, ਰੋਇਲਸ ਲੋਕਾਂ ਵਾਸਤੇ ਬਣਿਆ ਤੇ ਰੋਇਲਸ ਨੂੰ ਪਤਾ ਵੀ ਇਹ ਕੀ ਚੀਜ਼ ਹੈ ਕੀ ਨਹੀਂ। ਇਹ ਵਰਚੂ ਕੰਪਨੀ ਦਾ ਨਾਮ ਹੈ ਤੇ ਇਹਦੇ ਮਾਡਲ ਵੱਖਰੇ ਵੱਖਰੇ ਹੁੰਦੇ, ਜਿਵੇਂ ਡਰੈਗਨ ਆਉਂਦਾ ਜੀ, ਇੱਕ TI ਆਉਂਦਾ। ਹਾਂਜੀ, ਜਿਵੇਂ ਸਿੱਧੂ ਮੂਸੇ ਵਾਲਾ ਫੋਨ ਯੂਜ਼ ਕਰ ਰਿਹਾ ਸੀ ਉਹ ਵਰਚੂ ਡਰੈਗਨ ਸੀ। ਓਕੇ, ਉਹ ਮਾਡਲ ਨਵਾਂ 2.5 ਲੱਖ ਰੁਪਏ ਦਾ ਸੀਗਾ ਜੀ, 2,80,000 ਰੁਪਏ ਦੀ ਕੀਮਤ ਸੀ, ਇਹਦੇ ਵਿੱਚ ਗੋਲਡ ਆ ਜੀ। ਠੀਕ ਆ, ਇਹਦੇ ਵਿੱਚ ਇਹਦੇ ਥੱਲੇ ਪਾਸੇ ਗੋਲਡ ਲੱਗਾ ਜੀ ਸਾਰਾ, ਜੇ ਸਿਮ ਟ੍ਰੇ ਪੈਂਦੀ ਹੈ ਉੱਥੇ ਗੋਲਡ ਲੱਗਾ ਜੀ। ਠੀਕ ਆ ਜੀ, ਤੇ ਸਿੰਗਲ ਸਿਮ ਹੀ ਆ ਜੀ? ਸਿੰਗਲ ਸਿਮ ਆ ਜੀ, ਫੋਨ ਸਿੰਗਲ ਸਿਮ, ਇਹ ਟੱਚ ਮਾਡਲ ਹੈ। ਹਾਂਜੀ, ਇਹ 6.5 ਲੱਖ ਰੁਪਏ ਦਾ, ਤੇ ਤੁਹਾਨੂੰ ਵੱਧ ਤੋਂ ਵੱਧ ਪੰਜਾਬ 'ਚ 2 ਜਾਂ 3 ਹੀ ਮਿਲਣਗੇ, ਵੱਧ ਤੋਂ ਵੱਧ ਜੇ ਲੱਭਿਆ ਉਹ ਵੀ ਸਰਚ ਕਰਨ ਤੇ ਆ ਜੀ। ਠੀਕ ਹੈ, ਉਹ ਵੀ ਸਰਚ ਕਰਨ ਤੇ ਆ ਜੀ, ਵੀ ਹਰ ਇੱਕ ਬੰਦੇ ਕੋਲ ਹੈ ਨਹੀਂ ਮਿਲੂਗਾ ਜੀ। ਸਰ ਜਿਹੜੇ ਵਿੱਚ ਲੇਟੈਸਟ ਮਾਡਲ ਨਵੇਂ ਆਉਂਦੇ ਪਏ ਨੇ ਜੀ, ਉਹ 7-7 ਕਰੋੜ ਰੁਪਏ ਦੇ ਨੇ। ਠੀਕ ਹੈ, ਜਿਨ੍ਹਾਂ ਨੂੰ ਡਿਲੀਵਰ ਕਰਨ ਲਈ ਕੰਪਨੀ ਦੇ ਗਾਈਡ ਵੀ ਆਉਂਦੇ ਨੇ ਨਾਲ, ਯੂਜ਼ ਕਿੱਦਾਂ ਕਰਨਾ ਹੈ ਜੀ। ਹਾਂਜੀ, ਤੇ ਇਹਨੂੰ ਹੈਲੀਕਾਪਟਰ ਡਿਲੀਵਰ ਕਰਨਾ ਆਉਂਦੇ ਨੇ ਜਿੱਥੇ ਵੀ ਕਰਨਾ ਹੈ ਜੀ। ਤੇ ਇਹ ਮੇਡ ਇਨ ਕਿੱਥੋਂ ਦਾ ਜੀ? ਇਹ ਮੇਡ ਇਨ ਅਮਰੀਕਾ ਜੀ, ਅਮਰੀਕਾ ਵੀ ਨੇ, ਜਾਰਜੀਆ ਵੀ ਬੰਦੇ ਨੇ ਜੀ। ਇਹਦੀ ਚਾਰਜਿੰਗ ਪੋਰਟ ਹੀ ਹੈ ਜੀ। ਹਾਂਜੀ, ਉਹ ਬਾਹਰੋਂ ਨਹੀਂ ਮਿਲਣੀ, ਉਹ ਸਿਰਫ ਕੰਪਨੀ ਤੋਂ ਰਿਪਲੇਸ ਹੋਣੀ ਹੈ। ਓਕੇ, ਜੇ ਅੱਜ ਵੀ ਆਪਾਂ ਕੰਪਨੀ ਤੋਂ ਰਿਪਲੇਸ ਕਰਾਉਣਾ ਤਾਂ ਆਪਾਂ ਨੂੰ 35,000 ਰੁਪਏ ਖਰਚਾ ਹੋਊਗਾ, ਤੇ 1 ਮਹੀਨੇ ਬਾਅਦ ਫੋਨ ਮਿਲੂਗਾ ਜੀ। 1 ਮਹੀਨੇ ਬਾਅਦ? ਹਾਂਜੀ, 18 ਵਰਕਰ ਲਾ ਕੇ 2 ਦਿਨ 'ਚ ਤਿਆਰ ਕਰਦੇ ਨੇ ਜੀ ਫੋਨ ਨੂੰ, ਇੱਕ ਫੋਨ ਨੂੰ 18 ਵਰਕਰ ਲਾ ਕੇ 2 ਦਿਨ 'ਚ ਅਸੈਂਬਲ ਕਰਦੇ ਨੇ ਜੀ। 36 ਬੰਦੇ ਯਾਨੀ ਕਿ 1 ਦਿਨ ਦੇ ਲੱਗ ਗਏ। ਬਿਲਕੁਲ ਜੀ, ਹੈਨਾ। ਹਾਂਜੀ ਦੋਸਤੋ, ਸਵਾਗਤ ਆ ਬਹੁਤ ਵਧੀਆ ਵੀਡੀਓ ਦੇ ਵਿੱਚ। ਅੱਜ ਮੇਰੇ ਹੱਥ ਜਿਹੜਾ ਤੁਸੀਂ ਮੋਬਾਈਲ ਦੇਖ ਰਹੇ ਹੋ ਨਾ, ਕਾਫੀ ਵੀਰਾਂ ਨੇ ਹੋ ਸਕਦਾ ਦੇਖਿਆ ਹੋਵੇ ਇਹਦੇ ਬਾਰੇ ਜਾਣਕਾਰੀ ਹੋਵੇ, ਇਹਨੂੰ ਕਹਿੰਦੇ ਵਰਚੂ ਮੋਬਾਈਲ। ਤੇ ਇਹ ਮੋਬਾਈਲ ਕੋਈ ਆਮ ਮੋਬਾਈਲ ਨਹੀਂ ਹੈਗਾ ਗਾ, ਬਹੁਤ ਖਾਸ ਮੋਬਾਈਲ ਆ। ਇਹਦੇ ਵਿੱਚ ਕੀ ਫੀਚਰ ਹੈਗੇ ਆ, ਕੀ ਗੱਲਬਾਤ ਹੈਗੀ ਇਹਦੀ, ਇਹ ਸਾਰੀ ਗੱਲਬਾਤ ਅੱਜ ਦੱਸਣੀ ਆ ਤੁਹਾਨੂੰ। ਕੁਛ 99-94 ਬੰਦਿਆਂ ਕੋਲ ਇਹ ਮੋਬਾਈਲ ਤੁਸੀਂ ਦੇਖਿਆ ਹੋਊਗਾ, ਉਹ ਜੇ ਬੰਦੇ ਕੋਲ ਜਿਹੜਾ ਕਿ ਬਹੁਤ ਪੈਸੇ ਵਾਲਾ ਬੰਦਾ ਹੋਊਗਾ, ਜਾਂ ਕੋਈ ਇਹੋ ਜਿਹੀ ਹਸਤੀ ਹੋਊਗੀ ਜੋ ਫੇਮਸ ਹੋਊਗਾ ਦੁਨੀਆਦਾਰੀ ਦੇ ਵਿੱਚ, ਤੇ ਜਾਂ ਇਹ ਜਿਵੇਂ ਕਹਿ ਲਗੇ ਦੁਬਈ ਦੇ ਸ਼ੇਖਾਂ ਕੋਲੇ, ਉਹਨਾਂ ਕੋਲੇ ਮੋਬਾਈਲ ਹੋਊਗਾ। ਇਹ ਆਮ ਬੰਦੇ ਕੋਲੇ, ਆਮ ਬੰਦੇ ਦੀ ਯਾਨੀ ਕਿ ਪਹੁੰਚ ਤੋਂ ਵੀ ਕਹਿ ਲਗੇ ਦੂਰ ਆ, ਜਿਹੜਾ ਆਮ ਮੋਬਾਈਲ, ਜੇ ਆਪਾਂ ਆਮ ਮੋਬਾਈਲ ਨਾਲ ਕੰਪੇਅਰ ਕਰੀਏ, ਹੈ ਐਂਡਰਾਇਡ ਮੋਬਾਈਲ ਆ, ਪਰ ਇਹਦੇ ਵਿੱਚ ਕੀ ਖਾਸ ਹੈਗਾ ਵਾ ਜਿਹੜਾ ਇਸ ਨੂੰ ਅਲੱਗ ਬਣਾਉਂਦਾ, ਉਹ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ। ਤੇ ਨਾਲ ਆਪਣੇ ਹੈਗੇ ਬਾਈ ਜੀ ਕਮਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜੀ ਫਿਰੋਜ਼ਪੁਰ ਤੋਂ ਆ, ਬਾਈ ਉਹਨਾਂ ਦਾ ਇੱਕ ਆਪਣੀ ਮੋਬਾਈਲ ਸ਼ਾਪ ਵੀ ਹੈਗੀ ਆ ਬਾਈ ਜੀ, ਕੀ ਨਾਮ ਤੇ ਆ? ਬ੍ਰਦਰ ਮੋਬਾਈਲ ਕੇਅਰ ਜੀ। ਬ੍ਰਦਰ ਮੋਬਾਈਲ ਕੇਅਰ, ਹੈ ਨਾ। ਤੇ ਬਾਈ ਜੀ, ਇਸ ਮੋਬਾਈਲ ਬਾਰੇ ਜਾਣਕਾਰੀ ਦਿਓ ਵੀ ਇਹ ਮੋਬਾਈਲ ਦੇ ਵਿੱਚ ਖਾਸ ਕੀ ਹੈਗਾ ਇਹੋ ਜਿਹਾ? ਭਾਅ ਜੀ, ਸਭ ਤੋਂ ਪਹਿਲਾਂ ਤਾਂ ਜੀ ਇਹ ਫੋਨ ਰੋਇਲ ਫੋਨ ਹੈ ਜੀ। ਹਾਂਜੀ, ਵੀ ਹਰ ਕਿਸੇ ਕੋਲ ਮਿਲਦਾ ਨਹੀਂ ਨਾ, ਇੱਕ ਪਹਿਲੀ ਗੱਲ ਵੀ ਆਰਡਰ ਤੇ ਮੰਗਵਾਉਣਾ ਪੈਂਦਾ, ਔਨ ਆਰਡਰ। ਹਾਂਜੀ, ਸਾਨੂੰ ਵੀ ਕੋਈ ਆਰਡਰ ਦਿੰਦਾ ਤੇ ਅਸੀਂ ਆਰਡਰ ਤੇ ਮੰਗਵਾਉਂਦੇ ਹਾਂ ਜੀ। ਓਕੇ, ਫਿਰ ਚ ਖਾਸ ਹੈ ਜੀ, ਚੱਕੇ ਦੇ ਜਿਹੜੇ ਸਿਮ ਸਲੋਟ ਨੇ ਉਹ ਗੋਲਡ ਦੇ ਬਣੇ ਹੋਏ ਨੇ ਜੀ, 24 ਕੈਰਟ ਗੋਲਡ ਦੇ ਨੇ। ਸੋਨਾ ਹੋਏ ਜੀ। ਬਿਲਕੁਲ ਜੀ। ਫਿਰ ਇਹਦੇ ਇੱਕ ਉੱਪਰ ਡਾਇਮੰਡ, ਬਿਲਕੁਲ ਜੀ, ਬਿਲਕੁਲ ਪਿਓਰ ਹੁੰਦੇ ਜੀ, 24 ਕੈਰਟ। ਹਾਂਜੀ, ਫਿਰ ਚ ਇੱਕ ਡਾਇਮੰਡ ਲੱਗਾ ਹੁੰਦਾ ਸੀ ਜੀ, ਪਰ ਹੁਣ ਅੱਜ ਕਿਤੇ ਮਿਸ ਪਲੇਸ ਹੋ ਗਿਆ ਹੈ, ਪਰ ਡਾਇਮੰਡ ਵਿੱਚ ਲੱਗਾ ਹੁੰਦਾ ਸੀ ਇਹਦੇ ਚ। ਠੀਕ ਹੈ, ਉਹ ਵੀ ਕੀਮਤੀ ਹੁੰਦਾ? ਕੀਮਤੀ ਹੁੰਦਾ ਸੀ ਜੀ। ਅੱਛਾ ਜੀ। ਇਹਦੀ ਜਿਹੜੀ ਕੁੱਲ ਕੀਮਤ ਹੈ ਜੀ, 6.5 ਲੱਖ ਰੁਪਏ ਆ ਜੀ ਇੰਡੀਅਨ ਪ੍ਰਾਈਸ ਦੇ ਵਿੱਚ ਇਸ ਮੋਬਾਈਲ ਦੀ। ਹਾਂਜੀ, ਠੀਕ ਹੈ। ਇਹਦਾ ਵਰਚੂ TI ਨੂੰ ਕਹਿੰਦੇ ਆ ਜੀ, ਵਰਚੂ TI ਮਾਡਲ ਹੈ, 2012 ਮਾਡਲ ਹੈ, ਐਂਡਰਾਇਡ ਮਾਡਲ ਹੈ, ਤੇ 6.5 ਲੱਖ ਦਾ ਜਿਹੜਾ ਮਾਰਕੀਟ 'ਚ ਨਵਾਂ ਆਇਆ ਸੀ ਜੀ। ਅੱਛਾ, ਜਿਸ ਦਿਨ ਨਵਾਂ ਆਇਆ। ਬਿਲਕੁਲ ਜੀ, ਜਿਹੜਾ ਸਿਮ ਸਲੋਟ ਗੋਲਡ ਦੀਆਂ ਨੇ ਉਹ ਅੱਜ ਵੀ ਇਹਦੇ 'ਚ ਲੱਗੀਆਂ ਹੋਈਆਂ ਨੇ ਤੇ ਕੰਮ ਵੀ ਕਰ ਰਹੀਆਂ ਨੇ। ਓਕੇ, ਤੁਸੀਂ ਵੇਖ ਸਕਦੇ ਹੋ ਫੋਨ ਪ੍ਰੋਪਰ ਕੰਮ ਕਰ ਰਿਹਾ ਅੱਜ ਵੀ। ਹਾਂਜੀ ਹਾਂਜੀ, ਦਿਖਾਇਓ ਇੱਕ ਵਾਰ ਬਾਈ ਜੀ। ਤੇ ਅੱਜ ਵੀ ਪ੍ਰੋਪਰ ਕੰਮ ਕਰ ਰਿਹਾ ਜੀ ਫੋਨ। ਤੇ ਬਾਈ ਜੀ, ਇਹਦੇ ਵਿੱਚ ਇਸ ਤੋਂ ਹੋ ਸਕਦਾ ਮਹਿੰਗੇ ਮਾਡਲ ਵੀ ਆਉਂਦੇ ਹੋਣਗੇ? ਬਿਲਕੁਲ ਜੀ। ਅੱਛਾ ਜੀ। ਸਰ, ਜਿਹੜੇ ਵਿੱਚ ਲੇਟੈਸਟ ਮਾਡਲ ਨਵੇਂ ਆਉਂਦੇ ਪਏ ਨੇ ਜੀ, ਉਹ 7-7 ਕਰੋੜ ਰੁਪਏ ਦੇ ਨੇ। ਠੀਕ ਹੈ, ਜਿਨ੍ਹਾਂ ਨੂੰ ਡਿਲੀਵਰ ਕਰਨ ਲਈ ਕੰਪਨੀ ਦੇ ਗਾਈਡ ਵੀ ਆਉਂਦੇ ਨੇ ਨਾਲ, ਯੂਜ਼ ਕਿੱਦਾਂ ਕਰਨਾ ਹੈ ਜੀ। ਹਾਂਜੀ, ਤੇ ਇਹਨੂੰ ਹੈਲੀਕਾਪਟਰ ਡਿਲੀਵਰ ਕਰਨਾ ਆਉਂਦੇ ਨੇ ਜਿੱਥੇ ਵੀ ਕਰਨਾ ਜੀ। ਤੇ ਇਹ ਮੇਡ ਇਨ ਕਿੱਥੋਂ ਦਾ ਜੀ? ਇਹ ਮੇਡ ਇਨ ਅਮਰੀਕਾ ਜੀ, ਅਮਰੀਕਾ ਵੀ ਨੇ, ਜਾਰਜੀਆ ਵੀ ਬੰਦੇ ਨੇ ਜੀ। ਸਿਰਫ ਦੋ ਹੀ ਕੰਪਨੀਆਂ ਜੀ, ਇਹ ਵਰਚੂ ਕੰਪਨੀ ਹੈ ਜੀ, ਬ੍ਰਾਂਡ ਹੈ ਇੱਕ। ਅੱਛਾ, ਬ੍ਰਾਂਡ ਆ। ਬਿਲਕੁਲ, ਜਿਵੇਂ ਆਪਾਂ ਕਹਿ ਲਈਏ ਜੀ ਲਗਜ਼ਰੀ ਗੱਡੀਆਂ ਕਹਿੰਦੇ ਆ, ਰੋਇਲਸ ਹੋ ਗਈ, ਜਿਵੇਂ ਇਹ ਇਸੇ ਤਰ੍ਹਾਂ ਵਰਚੂ TI ਕੰਪਨੀ ਹੈ ਜੀ। ਹਾਂ, ਰੋਇਲਸ ਰੋਇਲਸ, ਜਿਵੇਂ ਉਹ ਕਹਿੰਦੇ ਵੀ ਅਸੀਂ ਮਾਰਕੀਟ 'ਚ ਕੋਈ ਵੀ ਵੈਸੇ ਨਹੀਂ ਐਡ ਨਹੀਂ ਕਰਦੇਗੇ। ਬਿਲਕੁਲ ਜੀ, ਬਿਲਕੁਲ, ਸਾਡੇ ਕੋਲੇ ਆਪ ਗਾਹਕ ਪਹੁੰਚਦਾ। ਬਿਲਕੁਲ, ਇਹਨਾਂ ਦੀ ਐਡ ਨਹੀਂ ਹੈ ਜੀ।
ਜੇ ਐਡ ਹੋਵੇ ਤਾਂ ਸਭ ਨੂੰ ਪਤਾ ਹੋਵੇ ਜੀ ਇਹ ਕੀ ਚੀਜ਼ ਹੈ। ਹਾਂਜੀ, ਇਹ ਸਿਰਫ ਐਡ ਨਹੀਂ ਹੈ, ਰੋਇਲਸ ਲੋਕਾਂ ਵਾਸਤੇ ਬਣਿਆ ਤੇ ਰੋਇਲਸ ਨੂੰ ਪਤਾ ਵੀ ਇਹ ਕੀ ਚੀਜ਼ ਹੈ ਕੀ ਨਹੀਂ। ਇਹ ਵਰਚੂ ਕੰਪਨੀ ਦਾ ਨਾਮ ਹੈ, ਠੀਕ ਹੈ। ਮਾਡਲ ਵੱਖਰੇ ਵੱਖਰੇ, ਜਿਵੇਂ ਡਰੈਗਨ ਆਉਂਦਾ ਜੀ, ਇੱਕ ਟੀ ਆਈ ਆਉਂਦਾ। ਹਾਂਜੀ, ਜਿਵੇਂ ਸਿੱਧੂ ਮੂਸੇ ਵਾਲਾ ਫੋਨ ਯੂਜ਼ ਕਰਿਆ ਸੀ ਉਹ ਵਰਚੂ ਡਰੈਗਨ ਸੀ। ਓਕੇ, ਉਹ ਮਾਡਲ ਨਵਾਂ 2.5 ਲੱਖ ਰੁਪਏ ਦਾ ਸੀਗਾ ਜੀ, 2,80,000 ਰੁਪਏ ਦੀ ਕੀਮਤ ਸੀ ਜੀ। ਤੇ ਉਹਦੇ ਵਿੱਚ ਕੀ ਹੁੰਦਾ ਜੀ, ਸੈਂਪਲ ਫੋਨ ਆ ਜਾਂ ਕੀ ਹੈ? ਨਹੀਂ ਨਹੀਂ ਸਰ, ਉਹਦੇ 'ਚ ਵੀ ਗੋਲਡ ਲੱਗਾ ਹੋਇਆ ਸੀ, ਉਹਦੇ 'ਚ ਮਤਲਬ ਗੋਲਡ ਨਹੀਂ ਲੱਗਾ, ਉਹਦੇ 'ਚ ਡਾਇਮੰਡ ਲੱਗਾ ਹੋਇਆ ਸੀਗਾ, ਜਿੱਥੇ ਆਪਣਾ ਕੀਪੈਡ ਤੇ ਟਰਾਈ ਕਰਦੇ ਉੱਥੇ ਇੱਕ ਡਾਇਮੰਡ ਲੱਗਾ ਹੋਇਆ ਸੀਗਾ। ਪਰ ਜਿਹੜਾ ਮੂਸੇ ਵਾਲੇ ਕੋਲ ਫੋਨ ਸੀ ਉਹਦੇ 'ਚ ਵੀ ਡਾਇਮੰਡ ਮਿਸਪਲੇਸ ਸੀਗਾ। ਓਕੇ, ਠੀਕ ਹੈ ਜੀ। ਤੇ ਦੇਖ ਲਓ ਵੀ ਇੱਕ ਆਪਣੇ ਕੋਲ ਆਮ ਜਿਹੜਾ ਕੀਪੈਡ 1,000-1,200 ਵਾਲਾ ਫੋਨ ਕੀਪੈਡ ਵਾਲਾ ਹੁੰਦਾ ਹੈ ਨਾ ਬਈ? ਬਿਲਕੁਲ ਜੀ ਬਿਲਕੁਲ। ਤੇ ਇਹ ਕੀਪੈਡ ਵਾਲਾ ਫੋਨ ਜਿਹੜਾ 2.5 ਲੱਖ ਦਾ ਤੁਸੀਂ ਦੱਸ ਰਹੇ? ਬਿਲਕੁਲ ਜੀ ਬਿਲਕੁਲ, ਇਹ ਟੱਚ ਮਾਡਲ ਹੈ। ਹਾਂਜੀ, ਇਹ 6.5 ਲੱਖ ਰੁਪਏ ਦਾ, ਤੇ ਤੁਹਾਨੂੰ ਵੱਧ ਤੋਂ ਵੱਧ ਪੰਜਾਬ 'ਚ 2 ਜਾਂ 3 ਹੀ ਮਿਲਣਗੇ, ਵੱਧ ਤੋਂ ਵੱਧ ਜੇ ਲੱਭਿਆ। ਉਹ ਵੀ ਸਰਚ ਕਰਨ ਤੇ ਆ ਜੀ, ਠੀਕ ਹੈ, ਉਹ ਵੀ ਸਰਚ ਕਰਨ ਤੇ ਆ ਜੀ, ਵੀ ਹਰ ਇੱਕ ਬੰਦੇ ਕੋਲ ਹੈ ਨਹੀਂ ਮਿਲੂਗਾ ਜੀ, ਇੱਕ ਬੰਦੇ ਦਾ ਪਹੁੰਚ ਸੋਚ ਤੋਂ ਵੀ ਬਾਹਰ ਆ। ਬਿਲਕੁਲ ਜੀ, ਕਿਉਂਕਿ ਪਤਾ, ਪਹਿਲੀ ਗੱਲ ਤਾਂ ਆਪਣੇ ਇੰਡੀਅਨਸ ਨੂੰ ਬਹੁਤ ਘੱਟ ਬੰਦੇ ਨੂੰ ਪਤਾ ਹੈ ਜੀ। ਹਾਂਜੀ, ਜੇ ਕਿਸੇ ਨੂੰ ਪਤਾ ਫਿਰ ਲੈਣ ਦੀ ਸੋਚਦਾ, ਉਹਨੂੰ ਮਾਰਕੀਟ 'ਚੋਂ ਮਿਲਦਾ ਨਹੀਂ, ਉਹ ਥੱਕ ਕਰਕੇ ਫਿਰ ਬਹਿ ਜਾਂਦਾ ਹੈ। ਬਹਿ ਜਾਂਦੀ ਆ, ਬਿਲਕੁਲ ਜੀ। ਇਹਨੂੰ ਤਾਂ ਅਸੀਂ ਔਨ ਆਰਡਰ ਮੰਗਵਾਉਂਦੇ ਹਾਂ, ਉਹ ਵੀ ਵੇਸਟ ਦੀ ਵੇਟਿੰਗ ਘੱਟੋ ਘੱਟ ਕਦੇ ਸਾਲ ਵੀ ਪੈ ਜਾਂਦੀ ਹੈ, ਕਦੇ 2 ਮਹੀਨੇ ਵੀ, ਕਦੇ ਮਹੀਨਾ ਵੀ ਮਿਲ ਜਾਂਦੀ ਹੈ ਜੀ। ਅੱਛਾ ਜੀ, ਪਰ ਕਸਟਮਰ ਜੇ ਡਿਮਾਂਡ ਕਰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਲੱਭਣ ਦੀ, ਤੇ ਲੱਭ ਕੇ ਦਿੰਦੇ ਵੀ ਹਾਂ ਜੀ। ਤਕਰੀਬਨ ਅਸੀਂ 100 ਵਿੱਚੋਂ 90 ਫੋਨ ਲੱਭ ਕੇ ਦੇਈਦੇ ਆ, 10% ਕਿ ਤੁਹਾਡੀ ਕੋਸ਼ਿਸ਼ ਨਾਕਾਮ ਹੋ ਜਾਂਦੀ ਹੈ ਜੀ। ਤੁਹਾਡੇ ਕੋਲੋਂ ਜੇ ਕਿਸੇ ਨੇ ਖਰੀਦਣਾ ਹੋਵੇ ਤੁਹਾਡੇ ਕੋਲੋਂ ਮਿਲ ਸਕਦਾ? ਹਾਂਜੀ ਹਾਂਜੀ, ਮਿਲ ਸਕਦਾ ਜੀ ਬਿਲਕੁਲ। ਜਿਹੜਾ ਵੀ ਆਰਡਰ ਕਰਨਗੇ ਉਹ ਜੇ ਉਹ ਮੰਗਵਾ ਦੋਗੇ? ਬਿਲਕੁਲ ਜੀ ਬਿਲਕੁਲ ਮੰਗਵਾ ਦਾਂਗੇ ਜੀ। ਔਨ ਆਰਡਰ ਆਊਗਾ ਪਰ ਟਾਈਮ ਲੱਗੂਗਾ ਥੋੜਾ ਜਿਹਾ, ਵੀ ਕਸਟਮਰ ਕਹੇ ਮੈਂ ਅੱਜ ਹੀ ਲੈਣਾ, ਅੱਜ ਨਹੀਂ, ਪਰ ਥੋੜੀ ਵੇਟਿੰਗ ਕਰਨੀ ਪੈ ਸਕਦੀ, ਪਰ ਮਿਲ ਜਾਊਗਾ ਜੀ। ਠੀਕ ਹੈ, ਤੇ ਤੁਹਾਡੇ ਕੋਲ ਬਾਈ ਇੱਕ ਦੂਸਰਾ ਹੈਗਾ ਕਿਹੜਾ? ਡਰੈਗਨ ਆ? ਬਿਲਕੁਲ ਡਰੈਗਨ ਹੈ ਜੀ, ਮੇਰੇ ਕੋਲ ਡਰੈਗਨ ਹੈਗਾ ਜੀ। ਹਾਂਜੀ, ਦੋਨੋਂ ਮੋਬਾਈਲ ਫਿਰ ਆਪਦੇ ਪਰਸਨਲ ਰੱਖੇ ਹੋਏ? ਬਿਲਕੁਲ ਜੀ ਬਿਲਕੁਲ। ਅੱਛਾ ਜੀ, ਇਸ ਵਾਸਤੇ ਨਹੀਂ? ਮੈਂ ਐਪਲ ਯੂਜ਼ ਨਹੀਂ ਕਰਦਾ ਸਰ। ਠੀਕ ਹੈ, ਕਿਉਂਕਿ ਲੋਕੀ ਐਪਲ ਯੂਜ਼ ਕਰਦੇ ਆ, ਮੈਂ ਐਪਲ ਯੂਜ਼ ਨਹੀਂ ਕਰਦਾ। ਮੈਂ ਐਪਲ ਦਾ ਸਿਰਫ ਰਿਪੇਅਰ ਕਰਦਾ, ਪਰ ਐਪਲ ਯੂਜ਼ ਨਹੀਂ ਕਰਦਾ, ਯੂਜ਼ ਵਰਚੂ ਹੀ ਕਰਦਾ ਜੀ। ਓਕੇ ਓਕੇ ਓਕੇ, ਕਿਉਂਕਿ ਦੋਨੋਂ ਫੋਨ ਵਰਚੂ ਨੇ ਜੀ। ਜਿਵੇਂ ਨਾ ਕਹਿੰਦੇ ਵੀ ਰੋਲਸ ਰੋਇਸ ਦੀ ਸਰਵਿਸ ਦੀ ਗੱਲ ਕਰੀਏ ਵੀ ਬਹੁਤ ਮਹਿੰਗੀ ਹੁੰਦੀ ਆ, ਜਾਂ ਮੋਟਰਸਾਈਕਲ ਜਿਹੜੇ ਹੈਗੇ ਆ, ਜਿਵੇਂ ਹੋਂਡਾ ਦੀ ਆਪਾਂ ਵੀਡੀਓ ਪਾਈ ਸੀਗੀ ਜਾਂ ਦੂਸਰੇ ਦੀ ਪਾਈਆਂ ਸੀ, ਹੈ ਨਾ? ਤੇ ਉਸੇ ਤਰ੍ਹਾਂ ਇੱਕ ਇਹਦੇ ਵੀ ਜੇ ਸਰਵਿਸ ਦੀ ਗੱਲ ਕਰੀਏ, ਜੇ ਨਿਕਲ ਜਾਵੇ ਕੋਈ ਪਾਰਟਸ ਹੋ ਜਾਏ, ਮੰਨ ਲਓ ਇਹਦੀ ਚਾਰਜਿੰਗ ਪੋਰਟ ਹੀ ਹੈ ਜੀ, ਹਾਂਜੀ, ਉਹ ਬਾਹਰੋਂ ਨਹੀਂ ਮਿਲਣੀ, ਉਹ ਸਿਰਫ ਕੰਪਨੀ ਤੋਂ ਰਿਪਲੇਸ ਹੋਣੀ ਹੈ। ਓਕੇ, ਜੇ ਅੱਜ ਵੀ ਆਪਾਂ ਕੰਪਨੀ ਤੋਂ ਰਿਪਲੇਸ ਕਰਾਉਣਾ ਤਾਂ ਆਪਾਂ ਨੂੰ 35,000 ਰੁਪਏ ਖਰਚਾ ਹੋਊਗਾ, ਤੇ 1 ਮਹੀਨੇ ਬਾਅਦ ਫੋਨ ਮਿਲੂਗਾ ਜੀ, 1 ਮਹੀਨੇ ਬਾਅਦ। ਹਾਂਜੀ, ਆਪਾਂ ਕੋਰੀਅਰ ਕਰਾਵਾਂਗੇ, ਉਹ ਸ਼ਾਇਦ ਕੋਰੀਅਰ ਕਰਾਉਣ ਜਾਂ ਆਪਾਂ ਨੂੰ ਦੇਣ ਆਉਣ, ਇਹ ਕਹਿ ਨਹੀਂ ਸਕਦੇ। ਅੱਛਾ ਜੀ, ਬਿਲਕੁਲ, ਕਿਉਂਕਿ ਉਹ ਸ਼ਾਇਦ ਬਾਹਰ ਜਾਊਗਾ ਫਿਰ ਫੋਨ, ਇਹ ਫੋਰਨ ਜਾਊਗਾ, ਜਾਰਜੀਆ ਜਾਊਗਾ, ਜਾਰਜੀਆ ਜਾਂ ਅਮਰੀਕਾ ਜਾਊਗਾ ਜੀ। ਓਕੇ, ਉੱਥੋਂ ਹੀ ਚੇਂਜ ਹੋ ਗਿਆ, ਉੱਥੋਂ ਹੀ ਹੋ ਗਿਆ ਜੀ, ਪੋਰਟ ਚੇਂਜ ਹੋ ਗਿਆ, ਫੋਨ ਚੇਂਜ ਕਰਨ ਜਾਂ ਪਾਰਟ ਚੇਂਜ ਕਰਨ, ਕਹਿ ਨਹੀਂ ਸਕਦੇ। ਅਭੀ ਇਹਨਾਂ ਦੇ ਪਾਰਟਸ ਵਗੈਰਾ ਜਿਹੜੇ ਉਹ ਆਮ ਹੈ ਨਹੀਂ ਗੇ ਵੀ ਮਾਰਕੀਟ ਦੇ ਵਿੱਚ ਨਹੀਂ ਅਵੇਲੇਬਲ ਨਹੀਂ ਮਿਲਣੇ ਜੀ, ਨਾ ਕਿਤੋਂ ਨਹੀਂ ਮਿਲਣਾ। ਇਹਨਾਂ ਦੇ ਕੋਈ ਸਕਰੂ ਵੀ ਇੱਕ ਡਿੱਗ ਗਿਆ ਸੀ ਮੇਰੇ ਕੋਲ, ਦੇਖੋ ਹਾਂਜੀ, ਇਹ ਸਕਰੂ ਵੀ ਮੈਨੂੰ ਨਹੀਂ ਮਿਲਿਆ ਕਿਤੋਂ ਵੀ। ਅੱਛਾ, ਇਹ ਉਵੇਂ ਹੀ ਰੱਖਿਆ? ਇਹ ਉਵੇਂ ਦਾ ਮੈਂ ਪਿਆ ਜੀ, ਇਹਦੇ 'ਚ 4 ਸਕਰੂ ਲੱਗੇ ਸਿਮ ਸਲੋਟ ਦੇ, ਇਹ ਅੱਜ ਤੱਕ ਨਹੀਂ ਮਿਲ ਪਾਇਆ ਜੀ ਕਿਤੋਂ ਵੀ। ਠੀਕ ਹੈ, ਆਹ ਸਿਮ ਸਲੋਟ ਇੱਥੇ ਜੀ? ਬਿਲਕੁਲ ਸਿਮ ਸਲੋਟ ਹੈ ਜੀ, ਇਹ ਉੱਪਰ ਖੁੱਲ ਜਾਂਦਾ ਜੀ? ਹਾਂਜੀ ਹਾਂਜੀ। ਆਹ ਲਓ ਜੀ, ਆਹ ਦੇਖੋ ਜੀ, ਆਹ ਜਿਸ ਬੰਦੇ ਨੇ ਬਣਾਇਆ ਜੀ। ਅੱਛਾ ਜੀ, ਇਹ ਬੰਦੇ ਦਾ ਨਾਮ? ਮੇਡ ਬਾਈ ਜੋਨ ਕਟਰ। ਠੀਕ ਹੈ, ਕਿਉਂਕਿ ਮਿਲਦਾ ਨੀ, ਇਹਦੀ ਕੋਈ ਕੀਮਤ ਆਪਾਂ ਕਹਿ ਨੀ ਸਕਦੇ, ਕਿਉਂਕਿ ਇੱਕ ਚੀਜ਼ ਜਿਹੜੀ ਕੋਈ ਮਿਲੇਗੀ ਉਹਦੀ ਕੀਮਤ ਆਉਂਦੀ ਹੈ। 2012 ਮਾਡਲ ਹੈ, ਪਰ ਅੱਜ ਵੀ ਯੂਜ਼ ਦੇ ਵਿੱਚ ਆ, ਦੇਖ ਲਓ। ਹਾਂਜੀ ਹਾਂਜੀ ਹਾਂਜੀ, ਅੱਜ ਵੀ ਯੂਜ਼ ਵਿੱਚ ਪ੍ਰੋਪਰ ਬੈਕਅਪ ਹੈ ਦਾ। ਓਕੇ, ਮੈਂ ਇੱਕ ਦਿਨ ਚੱਲ ਕਰਾਂ, 3-4 ਦਿਨ ਚੱਲਦਾ ਜੀ, ਦੇਖੋ ਜੀ, ਪ੍ਰੋਪਰ ਬੈਕਅਪ ਦੇ ਰਿਹਾ ਜੀ। 85% ਹੈਲਥ ਦੀ ਅੱਜ ਵੀ ਬਈ, ਮੈਂ ਸੁਬਹ ਚੱਲ ਕੀਤਾ 100%, ਤੇ ਮੈਨੂੰ ਸਾਰਾ ਦਿਨ ਫੋਨ ਆਉਂਦੇ ਆ, ਤੇ 15% ਉੱਡੀ ਸਿਰਫ। ਠੀਕ ਹੈ, ਨਹੀਂ ਮੰਨ ਲਓ ਵੀ ਜਿਵੇਂ ਕਿਵੇਂ ਕਿਸੇ ਬੰਦੇ ਨੂੰ ਜ਼ਰੂਰਤ ਪੈਂਦੀ ਹੈ, ਜਿਵੇਂ ਕਿਸੇ ਨੇ ਆਰਡਰ ਕਰਨਾ ਨਾ। ਬਿਲਕੁਲ ਜੀ, ਵੀ ਇਹੋ ਜਿਹਾ ਮੋਬਾਈਲ ਬਾਈ ਜੀ, ਇਹੋ ਜਿਹਾ ਕੋਈ ਮੰਗਵਾ ਦਿਓ ਜਾਂ ਲਵਾ। ਹਾਂਜੀ ਸਰ, ਅਸੀਂ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਲੱਭ ਕੇ ਦਿੰਦੇ ਵੀ ਹਾਂ ਜੀ। ਹਾਂ, ਵੀ ਉਸ ਹਿਸਾਬ ਨਾਲ ਮੈਂ ਪੁੱਛ ਲਵਾਂ। ਸਾਨੂੰ ਕਈ ਵਾਰੀ ਇਸ ਤਰ੍ਹਾਂ ਵੀ ਜਿਵੇਂ
ਬਾਹਰੋਂ ਵੀ ਮੰਗਵਾਉਣਾ ਪੈਂਦਾ ਜੀ? ਹਾਂਜੀ, ਕਈ ਵਾਰ ਤਾਂ ਇੰਡੀਆ 'ਚੋਂ ਮਿਲ ਜਾਂਦਾ, ਜੇ ਕਰਨਾਟਕ 'ਚੋਂ ਮਿਲ ਗਿਆ ਜਾਂ ਕਿਤੋਂ ਵੀ ਮਿਲ ਗਿਆ, ਜੋ ਕੋਈ ਬੰਦਾ ਰੋਇਲਸ ਹੈਗਾ ਤਾਂ ਮਿਲ ਜਾਂਦਾ। ਜੇ ਨਹੀਂ ਮਿਲਦਾ ਸਾਨੂੰ, ਸਾਡੇ ਸੱਜਣ ਮਿੱਤਰ ਬਾਹਰ ਬੈਠੇ ਨੇ, ਸਾਨੂੰ ਬਾਹਰ ਭੇਜਦੇ, ਲੈ ਕੇ ਭੇਜਦੇ ਨੇ, ਸਟੋਰ ਤੋਂ ਵੀ ਲੈ ਕੇ ਭੇਜਦੇ ਨੇ, ਕਿਉਂਕਿ ਇਹ ਫੋਨ ਰੀਸੇਲ ਵੀ ਹੋ ਜਾਂਦੇ ਨੇ, ਸਟੋਰ 'ਤੇ ਰੀਸੇਲ ਹੋ ਜਾਂਦੇ ਆ, ਕੰਪਨੀ ਪੁਰਾਣਾ ਜਮ੍ਹਾਂ ਕਰਕੇ ਨਵਾਂ ਦੇ ਦਿੰਦੀ ਆਪਦਾ। ਠੀਕ ਹੈ, ਜੋ ਇਹਦੀ ਰੀਸੇਲ ਵੈਲਿਊ ਕੰਪਨੀ ਕੱਟਦੀ ਉਸ ਕੰਪਨੀ ਭਾਅ ਫੋਨ ਭੇਜ ਦਿੰਦੀ ਵਾਪਸ, ਭਾਅ ਦੇ ਭੇਜ ਦਿੰਦੀ। ਬਿਲਕੁਲ ਜੀ, ਜੋ ਚੱਲਦੀ ਹਲਚਾਉਂਦਾ ਜੀ। ਠੀਕ ਹੈ ਜੀ, ਅਤੇ ਆਪਾਂ ਅੱਜ ਦੀ ਗੱਲ ਕਰੀਏ, ਅੱਜ ਵੀ ਇਹ ਫੋਨ ਆਪਣਾ ਜੇ ਸੇਲ ਹੁੰਦਾ, ਜੇ ਲੱਖ ਰੁਪਏ ਦਾ ਕੰਪਨੀ ਰੱਖਦੀ ਪਈ ਹੈ, ਅੱਜ ਵੀ ਕੰਪਨੀ ਰੱਖਦੀ ਪਈ ਅੱਜ ਵੀ? ਅੱਛਾ ਜੀ, ਜੇ ਆਪਾਂ ਕੋਈ ਨਵਾਂ ਮਾਡਲ ਲੇਟੈਸਟ ਲੈਂਦੇ ਹਾਂ ਤਾਂ ਆਪਣਾ ਲੱਖ ਰੁਪਏ ਦਾ ਫੋਨ ਦੀ ਕਟਿੰਗ ਅੱਜ ਵੀ ਹੁੰਦੀ ਪਈ ਹੈ, 2012 ਤੋਂ ਲੈ ਕੇ ਅੱਜ 10 ਸਾਲ ਹੋ ਗਿਆ ਜੀ। 10 ਸਾਲ ਹੋ ਗਿਆ, 10 ਸਾਲ ਦੇ ਵਿੱਚ ਗੱਡੀ ਦੀ ਬਿਨਾਂ ਖਤਮ ਹੋ ਜਾਂਦੀ ਤਾਂ ਫਿਰ ਫੋਨ ਹੈ ਜੀ। ਹਾਂਜੀ ਹਾਂਜੀ, ਅਤੇ ਬਾਈ ਦੀ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਦੇ ਹਾਂ ਬਾਈ ਜੀ, ਲੋਕੇਸ਼ਨ ਹੈਗੀ ਮੇਨ ਬੱਤੀਆਂ ਦਾ ਜਿਹੜਾ ਆਪਣਾ ਜੀ ਫਿਰੋਜ਼ਪੁਰ ਕਾਂਜੀ ਹਾਊਸ ਨੀਅਰ ਲਾਈਟ ਵਾਲਾ ਚੌਂਕ। ਠੀਕ ਹੈ, ਵੀ ਇੱਥੇ ਤੁਸੀਂ ਇਹ ਮਿਲ ਸਕਦੇ ਬਾਈ ਨੂੰ, ਜੇ ਕਿਤੇ ਤੁਹਾਨੂੰ ਕੋਈ ਇਹੋ ਜਿਹੇ ਮੋਬਾਈਲ ਦੀ ਜ਼ਰੂਰਤ ਆ ਜਾਂ ਹੋਰ ਵੀ ਮੋਬਾਈਲ ਦੀ ਜ਼ਰੂਰਤ ਹੈਗੀ ਆ, ਤੁਸੀਂ ਨੰਬਰ ਮੇਰਾ ਨੋਟ ਕਰ ਸਕਦੇ ਹੋ? ਹਾਂਜੀ, ਆਪਣੇ ਸ਼ਬਦ ਦਾ ਨਾਮ ਮੇਰੇ ਬ੍ਰਦਰ ਮੋਬਾਈਲ ਕੇਅਰ। ਹਾਂਜੀ, ਫਿਰੋਜ਼ਪੁਰ ਕੈਂਟ ਕਾਂਜੀ ਹਾਊਸ ਨੀਅਰ ਲਾਈਟ ਵਾਲਾ ਚੌਂਕ। ਮੇਰਾ ਮੋਬਾਈਲ ਨੰਬਰ ਹੈ ਵੀਰੇ 8699110046, 8699110046। ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਬਾਈ ਨਾਲ ਪੂਰੀ ਜਾਣਕਾਰੀ ਲੈ ਸਕਦੇ ਹੋ, ਫੋਨਾਂ ਬਾਰੇ, ਇਹਨਾਂ ਬਾਰੇ ਜਾਂ ਹੋਰ ਵੀ। ਅਤੇ ਹੋਰ ਤਾਂ ਬਾਈ ਇਹ ਬਾਕੀ ਦਾ ਸੇਮ ਜਿਹੜਾ ਚੱਲਦਾ ਐਂਡਰੋਇਡ ਵੈਸੇ ਬਿਲਕੁਲ ਬਿਲਕੁਲ ਚੱਲਦਾ, ਬਿਲਕੁਲ ਨੋਰਮਲ ਚੱਲਦਾ ਜੀ। ਅਤੇ ਵੇਟ ਇਹਦਾ ਜ਼ਿਆਦਾ ਇੱਕ? ਹਾਂਜੀ, ਇਹ ਵੀਰੇ ਲਗਜ਼ਰੀ ਹੈ ਥੋੜ੍ਹਾ ਜਿਹਾ, ਇਹ ਸਾਰਾ ਫੁਲੀ ਲਈ ਸਭ ਤੋਂ ਵੱਡੀ ਗੱਲ ਵੀ ਹੈਂਡਮੇਡ ਫੋਨ ਹੈ ਸਾਰਾ ਹੀ। ਅੱਛਾ, ਇਹਦੇ 'ਚ ਕੋਈ ਵੀ ਮਸ਼ੀਨਰੀ ਯੂਜ਼ ਨਹੀਂ ਕੀਤਾ ਗਿਆ, ਜਿਵੇਂ ਆਮ ਤੌਰ 'ਤੇ ਮਸ਼ੀਨ ਨਾਲ ਮੋਬਾਈਲ ਰਿਪੇਅਰ ਕਰਦੇ, ਇਹ ਸਾਰਾ ਹੈਂਡਮੇਡ ਫੋਨ ਹੈ ਜੀ। ਜਿਵੇਂ ਰੋਲਸ ਹੈਂਡਮੇਡ ਹੈ ਜੀ, ਇਹ ਸੇਮ ਹੈਂਡਮੇਡ ਫੋਨ ਹੈ ਜੀ। ਬਿਲਕੁਲ, ਸਭ ਤੋਂ ਖਾਸੀਅਤ ਹੈ ਜੀ, ਹੈਂਡਮੇਡ ਫੋਨ ਹੈ ਜੀ। ਹਾਂਜੀ, ਇਹਨੂੰ ਕੋਈ ਮਸ਼ੀਨ ਤਿਆਰ ਨਹੀਂ ਕਰਦੀ, ਫੁਲੀ ਮਤਲਬ ਮੈਂਬਰੀ ਤਿਆਰ ਕਰਦੀ ਜੀ ਕੰਪਨੀ ਦੇ। ਠੀਕ ਹੈ ਜੀ, ਇਹ ਫੋਨ ਇੱਕ ਦਿਨ ਇੱਕ 18 ਵਰਕਰ ਲਾ ਕੇ 2 ਦਿਨ 'ਚ ਤਿਆਰ ਕਰਦੇ ਨੇ ਜੀ ਫੋਨ ਨੂੰ, ਇੱਕ ਫੋਨ ਨੂੰ 18 ਵਰਕਰ ਲਾ ਕੇ 2 ਦਿਨ ਅਸੈਂਬਲ ਕਰਦੇ ਨੇ ਜੀ। 36 ਬੰਦੇ ਯਾਨੀ ਕਿ ਇੱਕ ਦਿਨ ਦੇ ਲੱਗ ਗਏ? ਬਿਲਕੁਲ ਜੀ, ਹੈ ਨਾ? ਹਾਂਜੀ ਹਾਂਜੀ, 36 ਬੰਦਿਆਂ ਨੇ ਤਿਆਰ ਕੀਤਾ ਹੋਇਆ ਮਾਡਲ ਆ ਇਹ, ਅਤੇ ਦੇਖ ਲਓ ਵੀ ਕਿੰਨੀ ਲਗਜ਼ਰੀ ਚੀਜ਼ ਹੈਗੀ, ਇਹਦੇ ਵੱਖਰੀ ਚੀਜ਼ ਹੈਗੀ। ਅੱਜ ਵੀ ਜੇ ਨਵਾਂ ਲੈਣਾ ਹੋਵੇ ਆਪਾਂ ਕੰਪਨੀ ਆਰਡਰ ਕਰ ਸਕਦੇ ਹਾਂ, ਅੱਜ ਵੀ ਮਿਲ ਜਾਏਗਾ ਜੀ ਨਾ? ਅੱਛਾ, ਇਹ ਨਵੇਂ ਮਾਡਲ ਅੱਜ ਵੀ ਆ ਰਹੇ? ਅੱਜ ਵੀ ਮਿਲ ਸਕਦਾ ਜੀ, ਬਿਲਕੁਲ, ਇਹ ਵਾਲਾ ਮਾਡਲ ਵੀ ਮਿਲ ਸਕਦਾ ਜੀ ਨਵਾਂ, ਅੱਜ ਵੀ ਆਰਡਰ ਕਰਦੇ ਹਾਂ ਪ੍ਰੀ ਆਰਡਰ। ਹਾਂਜੀ ਹਾਂਜੀ, ਜਿਵੇਂ ਕਿਸੇ ਨੇ ਚਲਾਇਆ ਹੁੰਦਾ ਕਹਿੰਦਾ ਮੈਂ ਨਹੀਂ ਚਲਾਉਣਾ ਹੀ ਇਹ ਵਾਲਾ ਜਾਂ ਮੇਰਾ ਸ਼ੌਂਕ ਹੈ ਜਾਂ ਕੁਛ ਵੀ, ਕੰਪਨੀ ਅੱਜ ਵੀ ਪ੍ਰੀ ਆਰਡਰ ਦੇ ਸਕਦੀ ਫੋਨ ਆਪਾਂ ਨੂੰ। ਠੀਕ ਹੈ ਬਾਈ, ਠੀਕ ਹੈ, ਅਤੇ ਬਹੁਤ ਵਧੀਆ ਵੱਖਰੀ ਇੱਕ ਚੀਜ਼ ਸੀਗੀ ਦੋਸਤੋ, ਵੀ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕਰੀਏ। ਬਾਈ ਦੇ ਕੋਲ ਆਏ ਸੀ ਸਪੈਸ਼ਲੀ ਇਸੇ ਫੋਨ ਨੂੰ ਦੇਖਣ ਆਏ ਸੀਗੇ, ਅਤੇ ਵੀਡੀਓ ਬਣਾਉਣ ਦਾ ਵੀ ਮੰਤਵ ਇਹ ਸੀਗਾ, ਅਤੇ ਬਾਈ ਬਹੁਤ ਧੰਨਵਾਦ ਤੁਹਾਡਾ, ਹੈ ਨਾ? ਥੈਂਕ ਯੂ ਵੀਰੇ, ਵੀ ਜਾਣਕਾਰੀ ਦਿੱਤੀ, ਅਤੇ ਬਾਕੀ ਹੋ ਸਕਦਾ ਕਾਫੀ ਵੀਰਾਂ ਨੂੰ ਇਸ ਬਾਰੇ ਪਤਾ ਵੀ ਹੋਊਗਾ, ਪਰ ਜਿਹੜੇ ਵੀਰਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਲਈ ਮੈਨੂੰ ਲੱਗਦਾ ਬਹੁਤ ਵੱਖਰੀ ਚੀਜ਼ ਹੋਊਗੀ ਇਹ। ਧੰਨਵਾਦ ਦੋਸਤੋ।